ਅੱਜ CIA ਸਟਾਫ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ADCP ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ, ਬਲਜੀਤ ਸਿੰਘ ਬੌਬੀ ਪੁੱਤਰ ਰਾਜ ਸਿੰਘ, ਜੈਮਲ ਸਿੰਘ ਪੁੱਤਰ ਵਿਕਰ ਸਿੰਘ, ਸੋਨੀ ਸਿੰਘ ਪੁੱਤਰ ਦਰਸ਼ਨ ਸਿੰਘ ਨਾਮਕ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਕੁਝ ਦਿਨ ਪਹਿਲਾਂ ਚੋਰੀ ਕਰਨ ਦੇ ਇਲਜ਼ਾਮ ਦੇ ਵਿੱਚ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੁਕੱਦਮਾ ਨੰਬਰ 364 ਦੇ ਤਹਿਤ ਧਾਰਾ 379B, 379, 411 ਲਗਾ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਤੇ ਲਿਆ ਗਿਆ ਸੀ, ਜਿਸ ਦੇ ਚਲਦੇ ਰਿਮਾਂਡ ਦੇ ਦੌਰਾਨ ਛਾਣਬੀਣ ਤੋਂ ਪਤਾ ਚੱਲਿਆ ਕਿ ਇਨ੍ਹਾਂ ਦੇ ਵੱਲੋਂ ਹੋਰ ਵੀ ਭਾਰੀ ਮਾਤਰਾ ਦੇ ਵਿੱਚ ਸਮਾਨ ਚੋਰੀ ਕਰਕੇ ਆਪਣੇ ਅੱਡੇ ਤੇ ਲੁਕੋ ਕੇ ਰੱਖਿਆ ਹੋਇਆ, ਜਿਸ ਦੇ ਚਲਦੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਇੱਕ ਮਾਰੂਤੀ ਕਾਰ, 11 ਐਕਟਿਵਾ, 4 ਮੋਬਾਈਲ, 2 AC, 2 LCD, 2 ਫਰਨੀਚਰ, ਸੋਫਾ ਸੈੱਟ ਦਾ ਸਮਾਨ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ। ਇਹ ਮਿਤੀ 28/7/2017 ਨੂੰ ASC ਬਲਵਿੰਦਰ ਸਿੰਘ ਸਮੇਤ CIA ਸਟਾਫ ਦੇ ਹੋਰ ਕਰਮਚਾਰੀਆਂ ਨੇ ਹਰਤੇਜ ਹੌਸਪੀਟਲ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਮਰੂਤੀ ਕਾਰ ਦੇ ਉੱਤੇ 3 ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਇਹਨਾਂ ਨੇ ਰੋਕਿਆ ਔਰ ਇਹਨਾਂ ਦਾ ਨਾਮ ਪਤਾ ਪੁੱਛਿਆ। ਇਹਨਾਂ ਦੇ ਵਿੱਚ ਜਿਹੜਾ ਸੁਖਰਾਜ ਸਿੰਘ, ਬਲਜੀਤ ਸਿੰਘ, ਜੈਮਲ ਸਿੰਘ, ਇਹ 3 ਵਿਅਕਤੀ ਸੀ। ਇਹਨਾਂ ਦੇ ਕੋਲੋਂ ਜਿਹੜੀ ਕਾਰ ਹੈ ਇਹਦੇ ਬਾਰੇ ਕੁਛ ਦੱਸ ਨਹੀਂ ਸਕੇ, ਚੋਰੀ ਦੀ ਮਲੂਮ ਹੋਈ ਇਹ। ਇਸ ਤੋਂ ਬਾਅਦ ਇਹਨਾਂ ਦੀ ਹੋਰ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੇ ਦੌਰਾਨ ਇਹਨਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਕਰਨੀਆਂ ਮੰਨੀਆਂ ਨੇ। ਇਹਨਾਂ ਦੇ ਕੋਲੋਂ ਇੱਕ ਇਹਨਾਂ ਦਾ ਹੋਰ ਸਾਥੀ ਜਿਹੜਾ ਹੈ ਸੋਨੀ ਸਿੰਘ ਉਰਫ ਸੋਨੀ ਪੁੱਤਰ ਦਰਸ਼ਨ ਸਿੰਘ, ਇਹ ਛੇਹਰਟਾ ਤੋਂ, ਇਹਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬਾਅਦ ਦੇ ਵਿੱਚ ਪੁੱਛਗਿੱਛ ਦੇ ਦੌਰਾਨ ਇਹਨਾਂ ਦੇ ਕੋਲੋਂ ਹੁਣ ਤੱਕ ਇੱਕ ਮਰੂਤੀ ਕਾਰ, 11 ਐਕਟਿਵਾ ਮੋਟਰਸਾਈਕਲ, 4 ਮੋਬਾਈਲ ਫੋਨ, 2 AC, 3 LED, 1 ਫਰਨੀਚਰ ਸੋਫਾ ਸੈੱਟ, ਇਹਦੇ 2 ਜਿੰਮ ਦਾ ਸਮਾਨ ਅਤੇ 3 ਮੋਟਰਸਾਈਕਲ ਇਹਨਾਂ ਦੇ ਕੋਲੋਂ ਜਿਹੜੇ ਬਰਾਮਦ ਕੀਤੇ ਗਏ ਨੇ। ਔਰ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 364 ਮਿਤੀ 28/7/2017 ਅੰਡਰ ਸੈਕਸ਼ਨ 379B, 379, 411 IPC ਸਿਵਲ ਲਾਈਨ ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਇਹਨਾਂ ਦਾ ਜਿਹੜਾ ਸਮਾਨ ਹੈ ਇਹਨਾਂ ਦੇ ਵੱਖ ਵੱਖ ਥਾਵਾਂ ਤੋਂ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਹੀ ਚੋਰੀ ਕਰਦੇ ਰਹੇ ਨੇ ਇਹ, ਅਤੇ ਇਹਨਾਂ ਦੇ ਜਿਹੜੇ ਮਜੀਦ ਜਿਹੜੀ ਪੁੱਛਗਿੱਛ ਹੈ ਇਹਨਾਂ ਤੋਂ ਜਾਰੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੈਮਰਾਮੈਨ ਹਰਜੀਤ ਗਰੇਵਾਲ ਦੇ ਨਾਲ ਅਮਨ ਮਾਹਲ ਦੀ ਰਿਪੋਰਟ, ਪੈਰੇਦਾ TV।